ਪੰਜਾਬ ਸਰਕਾਰ ਵੱਲੋਂ ਖੇਤੀ ਕਾਨੂੰਨਾਂ ਦੇ ਮੁੱਦੇ ਤੇ ਸਰਬ ਪਾਰਟੀ ਮੀਟਿੰਗ ਸੱਦੀ ਗਈ ਹੈ। ਇਸ ਦੌਰਾਨ ਵੱਖ-ਵੱਖ ਸਿਆਸੀ ਆਗੂਆਂ ਨੇ ਆਪਣਾ ਪ੍ਰਤੀਕਰਮ ਦਿੰਦਿਆਂ ਕੇਂਦਰ ਦੀ ਭਾਜਪਾ ਸਰਕਾਰ ਨੂੰ ਨਿਸ਼ਾਨੇ ਤੇ ਲਿਆ ਹੈ। ਲੋਕ ਇਨਸਾਫ਼ ਪਾਰਟੀ ਦੇ ਮੁਖੀ ਸਿਮਰਜੀਤ ਬੈਂਸ ਨੇ ਖੇਤੀ ਕਾਨੂੰਨਾਂ ਦੇ ਮਸਲੇ ਤੇ ਸਾਰੀਆਂ ਸਿਆਸੀ ਪਾਰਟੀਆਂ ਨੂੰ ਮਤਭੇਦ ਭੁੱਲ ਕੇ ਇਕੱਠੇ ਹੋਣ ਦੀ ਅਪੀਲ ਕੀਤੀ ਹੈ। ਉਹ ਦਿਨ ਪਹਿਲਾਂ ਸੁਨੀਲ ਜਾਖੜ, ਸੁਖਵੀਰ ਬਾਦਲ, ਭਗਵੰਤ ਮਾਨ, ਕਾਮਰੇਡ ਸਾਥੀ ਖਹਿਰਾ ਸਾਹਿਬ, ਡਾਕਟਰ ਧਰਮਵੀਰ ਗਾਂਧੀ, ਢੀਂਡ ਸਾਹਿਬ, ਭੁੰਦੜ, ਸਾਰਿਆਂ ਨੂੰ ਇੱਕ ਚਿੱਠੀ ਲਿਖ ਕੇ ਫੋਨ ਕਾਲ ਵੀ ਕੀਤਾ ਸਾਰਿਆਂ ਨੂੰ, ਸਮੇਤ ਭਗਵੰਤ ਮਾਨ, ਸੁਖਵੀਰ ਬਾਦਲ ਐਂਡ ਜਾਖੜ। ਐਂਡ ਅੱਜ ਆਲ ਪਾਰਟੀ ਮੀਟਿੰਗ ਵਿਸ਼ਾ ਕੀ ਸੀ? ਮੇਰੇ ਦਿਲ ਦੀ ਇੱਛਾ ਹੈਗੀ ਆ, ਮੇਰੇ ਦਿਲ ਦੀ ਖਾਹਿਸ਼ ਆ, ਮੇਰਾ ਖਿਆਲ ਸਾਰੇ ਪੰਜਾਬੀਆਂ ਦੀ ਇਹ ਖਾਹਿਸ਼ ਹੋਊਗੀ। ਕਿਸਾਨ ਜਥੇਬੰਦੀਆਂ ਦੇ ਬਹੁਤ ਵੱਡੇ ਮਤਭੇਦ ਆ, ਉਹ ਆਪਣੇ ਮਤਭੇਦ ਭੁਲਾ ਕੇ ਅੱਜ ਦਿੱਲੀ ਦੇ ਬਾਰਡਰ ਘੇਰੀ ਬੈਠੇ ਆ। ਅੱਜ ਕਾਲਾ ਕਾਨੂੰਨ ਖਤਮ ਕਰਾਉਣ ਵਾਸਤੇ, ਕੇਂਦਰ 'ਤੇ ਦਬਾਅ ਪਾਉਣ ਵਾਸਤੇ ਦੇਸ਼ ਵਿਆਪੀ ਅੰਦੋਲਨ, ਆਪਸੀ ਮਤਭੇਦ ਦੂਰ ਕਰ ਦਿੱਤੇ। ਇਹ ਜਿਹੜੀ ਸਾਡੀ ਰਾਜਸੀ ਜਮਾਤ ਆ ਪੰਜਾਬ ਦੀ, ਕਿਉਂਕਿ ਅੰਦੋਲਨ ਪੰਜਾਬ ਤੋਂ ਉੱਠਿਆ, ਕਾਸ਼ ਕਿਤੇ ਸਾਡੀ ਰਾਜਸੀ ਜਮਾਤ ਸੀਜ਼ ਫਾਇਰ ਕਰ ਦੇਵੇ, ਜਿਹੜਾ ਅਸੀਂ TV ਚੈਨਲਾਂ 'ਤੇ ਬੈਠ ਕੇ ਕੁੱਕੜ ਖੇਡ ਆਉਂਦੇ ਨੇ ਇੱਕ ਦੂਸਰੇ ਦੇ ਵਿਰੁੱਧ। ਵੋਟਾਂ ਆਉਣਗੀਆਂ ਤਾਂ ਕੁੱਕੜ ਖੇਡ ਆ ਲਵਾਂਗੇ, ਸੱਚੀ ਝੂਠੀ ਦੁਸ਼ਣਬਾਜ਼ੀ ਕਰ ਲਵਾਂਗੇ, ਜਿੰਨੀ ਦੇਰ ਤੱਕ ਕਾਲਾ ਕਾਨੂੰਨ ਰੱਦ ਨਹੀਂ ਹੁੰਦਾ। ਕਾਸ਼ ਕਿਤੇ ਅਸੀਂ ਸਾਰੇ ਇੱਕ ਹੋ ਜਾਈਏ, ਅਤੇ ਕੇਂਦਰ ਦੇ ਉੱਤੇ ਬਹੁਤ ਵੱਡਾ ਦਬਾਅ ਹੋਏਗਾ। ਆਲ ਓਵਰ ਦਾ ਵਰਲਡ ਪੰਜਾਬੀ ਕਮਿਊਨਿਟੀ, ਭਾਰਤੀ ਲੋਕ ਇਸ ਗੱਲ ਦੀ ਤਾਰੀਫ ਕਰਨਗੇ। ਸੋ ਮੈਂ ਉਮੀਦ ਕਰਦਾ ਕਿ ਮੇਰੀ ਸਾਰੇ ਲੀਡਰਸ ਨਾਲ ਟੈਲੀਫੋਨ 'ਤੇ ਗੱਲ ਹੋਈ ਆ, ਉਹ ਇਸ ਗੱਲ ਦੇ ਉੱਤੇ ਸਹਿਮਤੀ ਪ੍ਰਗਟ ਕਰਦੇ ਆ, ਅਸੀਂ ਇੱਕ ਹੋ ਜਾਈਏ, ਜਦ ਤੱਕ ਕਾਲਾ ਕਾਨੂੰਨ ਰੱਦ ਨਹੀਂ ਹੁੰਦਾ, ਸਾਡਾ ਫੋਕਸ ਹੋਵੇ, ਕੇਂਦਰ ਸਰਕਾਰ ਸਾਡਾ ਫੋਕਸ ਹੋਵੇ ਕਿ ਅਸੀਂ ਕਾਲਾ ਕਾਨੂੰਨ ਰੱਦ ਕਿੱਦਾਂ ਕਰਾਉਣਾ। ਗੁਰੂ ਕਿਰਪਾ ਕਰੇ ਚੰਗੇ ਕੰਮ ਵਾਸਤੇ। ਕੈਪਟਨ ਅਮਰਿੰਦਰ ਸਿੰਘ, ਜਦੋਂ ਪਾਣੀ ਦੀ ਗੱਲ ਹੋਈ, ਪਾਣੀਆਂ ਦੀ ਮੀਟਿੰਗ 'ਤੇ, ਉਦੋਂ ਉਹਨਾਂ ਨੇ ਮੈਨੂੰ ਬੁਲਾਇਆ ਨਹੀਂ ਸੀਗਾ, ਕਿਉਂਕਿ ਸਭ ਤੋਂ ਵੱਡਾ ਸੈਕਰੀਫਾਈਜ਼, ਸਭ ਤੋਂ ਵੱਡਾ ਸੰਘਰਸ਼ ਲੋਕ ਇਨਸਾਫ਼ ਪਾਰਟੀ ਨੇ ਪਾਣੀ ਦੀ ਕੀਮਤ ਵਸੂਲਣ ਵਾਸਤੇ ਕੀਤਾ। ਕਿਤੇ ਉਦਣ ਵੀ ਬੁਲਾ ਲੈਂਦੇ ਤਾਂ ਮੈਂ ਜ਼ਰੂਰ ਪੰਜਾਬ ਦਾ ਪੱਖ, ਜਿਹੜਾ ਪੰਜਾਬ ਦੀ ਕਿਸਮਤ ਬਦਲੀ ਹੋਣੀ ਹੈ ਜਿੱਦਣ ਪੰਜਾਬ ਨੂੰ ਪਾਣੀ ਦੀ ਕੀਮਤ ਮਿਲਣੀ ਆ, ਅਤੇ ਮੈਂ ਰੱਖ ਕੇ ਜਾਂਦਾ। ਅੱਜ ਸੱਦਿਆ, ਮੈਂ ਚਿੱਠੀ ਪਾਈ ਆ, ਪਹਿਲਕਦਮੀ ਕੀਤੀ ਆ, ਮੇਰੀ ਆਸ ਅਤੇ ਉਮੀਦ ਆ ਕਿ ਸਾਰੀਆਂ ਪਾਰਟੀਆਂ ਇਸ ਗੱਲ ਦੇ ਉੱਤੇ ਸਹਿਮਤ ਹੋਣ। ਉੱਥੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਵੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਹੋਈ ਮੀਟਿੰਗ ਬਾਰੇ ਬੋਲਦਿਆਂ ਦੱਸਿਆ ਕਿ ਉਹਨਾਂ ਨੇ ਗ੍ਰਹਿ ਮੰਤਰੀ ਨਾਲ ਖੇਤੀ ਕਾਨੂੰਨਾਂ ਅਤੇ ਅੰਦੋਲਨ ਨੂੰ ਲੈ ਕੇ ਗੱਲਬਾਤ ਕੀਤੀ ਹੈ। ਇਸ ਦੌਰਾਨ ਰੰਧਾਵਾ ਨੇ ਭਾਜਪਾ 'ਤੇ ਤੰਜ ਕੱਸਿਆ ਹੈ। ਪੂਰੀ ਜੋ ਕੱਲ੍ਹ ਸਾਡੀ ਹੋਮ ਮਿਨਿਸਟਰ ਸਾਹਿਬ ਨਾਲ ਗੱਲ ਹੋਈ ਹੈ, ਉਹ ਪੂਰੀ ਮੀਟਿੰਗ ਦੇ ਵਿੱਚ ਕੀਤੀ ਜਾਏਗੀ ਔਰ ਦੱਸਿਆ ਜਾਏਗਾ ਕਿ ਕਿਹੜੇ ਕਿਹੜੇ ਇਸ਼ੂ ਉਸ 'ਤੇ ਅਸੀਂ ਟੇਕਅਪ ਕੀਤੇ ਔਰ ਕਿਹੜੇ ਅੱਜ ਜਿਹੜੇ ਹੋਣਗੇ ਉਹ ਵੀ ਅਸੀਂ ਗਵਰਨਮੈਂਟ ਆਫ ਇੰਡੀਆ ਦੇ ਧਿਆਨ 'ਚ ਲਿਆਵਾਂਗੇ। ਅੱਜ ਦੀ ਜਿਹੜੀ ਮੀਟਿੰਗ ਬੜੀ ਇੰਪੋਰਟੈਂਟ ਮੀਟਿੰਗ ਹੈ ਔਰ ਪੂਰੀ ਕਿਸਾਨੀ ਦੇ ਨਾਲ ਜੁੜੀ ਹੈ। ਉੱਥੇ ਜਿਹੜੇ ਕਿਸਾਨ ਬੈਠੇ ਨੇ ਉਹਨਾਂ ਦੀ ਜੋ ਘੇਰਾਬੰਦੀ ਜਿਸ ਤਰੀਕੇ ਦੇ ਨਾਲ ਹੋ ਰਹੀ ਆ, ਜਿਵੇਂ ਪਾਣੀ ਦੀ ਜਾਂ ਹੋਰ ਕੋਈ ਜਾਂ ਕਿੱਲਾਂ ਵਗੈਰਾ ਲਾ ਰਹੇ ਨੇ, ਉਹ ਪੂਰੀ ਅੱਜ ਗੱਲ ਕਰਕੇ ਚੀਫ ਮਿਨਿਸਟਰ ਸਾਹਿਬ ਪੂਰੇ ਉਹਦੇ ਵਿੱਚ ਇੰਟਰਚ ਨੇ ਹਰ ਚੀਜ਼ ਦੇ ਨਾਲ ਔਰ ਹੋਮ ਮਿਨਿਸਟਰ ਦੇ ਨਾਲ ਟਾਈਮ ਟੂ ਟਾਈਮ ਗੱਲਬਾਤ ਵੀ ਕਰ ਰਹੇ ਨੇ ਕਿ ਜੋ ਸਾਨੂੰ ਫਾਰਮਰਸ ਨੂੰ ਪ੍ਰੋਬਲਮਸ ਉੱਥੇ ਹੈਗੀਆਂ ਨੇ, ਪਾਣੀ ਦੀ ਪ੍ਰੋਬਲਮ ਆ, ਉਹਨਾਂ ਦੀ ਬਿਜਲੀ ਦੀ ਪ੍ਰੋਬਲਮ ਆ। ਇਹ ਕੱਲ੍ਹ ਵੀ ਅਸੀਂ ਗੱਲ ਕੀਤੀ ਸੀ ਕਿ ਪਾਣੀ ਔਰ ਬਿਜਲੀ ਜਿਹੜੀ ਆ ਇਹ ਸਾਡਾ ਹੱਕ ਬਣਦਾ ਔਰ ਮਿਲਣਾ ਚਾਹੀਦਾ। ਨਾਲ ਹੀ ਉਹਨਾਂ ਨੂੰ ਇਹ ਵੀ ਕਿਹਾ ਕਿ ਜਿਹੜੀ ਤੁਸੀਂ ਘੇਰਾਬੰਦੀ ਕਰ ਰਹੇ ਹੋ ਇਹਨੂੰ ਵੀ ਧਿਆਨ 'ਚ ਰੱਖਿਆ ਜਾਏ। ਉਹਨਾਂ ਦੇ ਜਿਹੜੇ ਬੱਚੇ ਸਾਨੂੰ ਉੱਥੇ ਇਹਨਾਂ ਦੇ ਮਿਸਿੰਗ ਸੀ ਜਾਂ ਪਤਾ ਨਹੀਂ ਸੀ ਲੱਗ ਰਿਹਾ, ਉਹ ਸਾਨੂੰ ਉਹਨਾਂ ਨੇ ਇੱਕ ਘੰਟੇ ਦੇ ਵਿੱਚ ਲਿਸਟ ਜਿਹੜੀ ਸੀ ਉਹ ਪ੍ਰੋਵਾਈਡ ਕਰਵਾ ਦਿੱਤੀ। ਅਤੇ ਨਾਲ ਹੀ ਉਹਨਾਂ ਨੇ ਇਹ ਕਿਹਾ ਕਿ ਆਹ ਨੰਬਰ ਲਓ ਔਰ ਜਿਸ ਬੰਦੇ ਦਾ ਵੀ ਕੋਈ ਨਹੀਂ ਪਤਾ ਚੱਲ ਰਿਹਾ ਉਹ ਆਦਮੀ ਦੀ ਇਮੀਡੀਏਟਲੀ ਸਾਨੂੰ ਇਨਫੋਰਮ ਕਰੋ ਅਤੇ ਉਹਦਾ ਅਸੀਂ ਤੁਹਾਨੂੰ ਰਿਪਲਾਈ ਦੇਵਾਂਗੇ। ਮੈਂ ਉਹਨਾਂ ਨੂੰ ਆਪਣਾ ਜਿਹੜਾ 8559017777 ਮੇਰਾ ਜਿਹੜਾ ਪਰਸਨਲ ਨੰਬਰ ਹੈ ਮੈਂ ਉਹ ਦਿੱਤਾ ਕਿ ਇਸ ਨੰਬਰ ਦੇ ਉੱਤੇ ਕਿਸੇ ਨੂੰ ਜੇ ਕੋਈ ਪ੍ਰੋਬਲਮ ਆ ਉਹ ਮੇਰੇ ਨਾਲ ਕੰਟੈਕਟ ਕਰੇ। ਉਹਦੇ 'ਚ 10-12 ਬੰਦਿਆਂ ਦੇ ਮੈਨੂੰ ਟੈਲੀਫੋਨ ਵੀ ਆਏ ਨੇ, ਉਹਨਾਂ 'ਚੋਂ 10 ਆਦਮੀਆਂ ਦੀ ਜਿਹੜੀ ਸੀ ਉਸ ਲਿਸਟ ਦੇ ਵਿੱਚ ਨਾਂ ਸੀਗਾ, ਜੇਲ੍ਹਾਂ ਦੇ ਵਿੱਚ ਬੰਦ ਨੇ। 2 ਆਦਮੀਆਂ ਦਾ ਜਿਹੜਾ ਉਹਨਾਂ ਨੇ ਵਟਸਐਪ 'ਤੇ ਉਹਦੀ ਫੋਟੋ ਅਤੇ ਉਹਦਾ ਪੂਰਾ ਐਡਰੈਸ ਅਤੇ ਉਹਦਾ ਮੋਬਾਈਲ ਨੰਬਰ ਪਾਇਆ, ਉਹ ਮੈਂ ਅੱਗੇ ਫਾਰਵਰਡ ਕਰ ਦਿੱਤਾ, ਉਹਦਾ ਵੀ ਸ਼ਾਮ ਤੱਕ ਪਤਾ ਲੱਗ ਗਿਆ। ਰੰਧਾਵਾ ਜੀ, ਕੋਈ ਅਮਿਤ ਸ਼ਾਹ ਜੀ ਨੇ ਆਸ਼ਵਾਸਨ ਦਿੱਤਾ ਕਦੋਂ ਤੱਕ ਪੂਰੀ ਲਿਸਟ ਜਿਹੜੀ ਉਹ ਸਾਂਝੀ ਕਰ ਦਿੱਤੀ ਜਾਏਗੀ? ਕਿ ਉਹਨਾਂ ਨੇ ਇੱਕ ਗੱਲ ਸਾਂਝੀ ਲਿਸਟ ਕਰ ਦਿੱਤੀ ਹੈ, ਲਿਸਟ ਤੇ ਉਹਨਾਂ ਨੇ ਦੇ ਦਿੱਤੀ ਹੈ ਸਾਨੂੰ। ਉਹਨਾਂ ਨੇ ਕਿਹਾ ਕਿ ਜਿਹੜੇ ਤੁਹਾਡੇ ਕੋਲ ਕੋਈ ਜਾਂ ਪ੍ਰੈਸ ਕੋਲ ਕੋਈ ਆਉਂਦਾ ਉਹਦਾ ਸਾਨੂੰ ਦੱਸੋ ਕਿ ਆਹ ਬੰਦਾ ਮਿਸਿੰਗ ਹੈ, ਉਹਨੂੰ ਇਮੀਡੀਏਟਲੀ ਅਸੀਂ ਕਰਾਂਗੇ, ਲੋਕੇਟ ਕਰਨ ਦੀ ਕੋਸ਼ਿਸ਼ ਕਰਾਂਗੇ। ਹਾਂਜੀ, ਕੱਲ ਵੀ ਤੁਸੀਂ ਉਹ ਗੱਲ ਕੀਤੀ ਕਿ ਬਾਰਡਰਾਂ ਤੇ ਜਿਸ ਤਰ੍ਹਾਂ ਦੀ ਸਥਿਤੀ ਪੈਦਾ ਹੋ ਰਹੀ ਹੈ, ਇੱਕ ਪਾਸੇ ਗੱਲਬਾਤ ਦੀ ਗੱਲ ਕੀਤੀ ਜਾ ਰਹੀ ਹੈ, ਬਿਲਕੁਲ ਇਹ ਗੱਲ, ਜਿਸ ਤਰ੍ਹਾਂ ਦਾ ਤਣਾਅ ਪੈਦਾ ਹੋ ਰਿਹਾ, ਇਹ ਬਿਲਕੁਲ ਇਹ ਬੜੀ ਸਾਡੀ ਪਹਿਲੀ ਗੱਲ ਹੀ ਇਹੀ ਕੀਤੀ ਸੀ
सरकारिया साहब और मनीष तिवाड़ी जी ने सारे असं रल के की कि पंजाब एक बॉर्डर स्टेट है, बड़ा सेंसिटिव स्टेट है, ये इमीजिएटली सानू करना चाहिए। और हर रोज़ मैं क्या कि मेरा डेरा बाबा नानक एरिया, हर रोज़ डेरा बाबा नानक पाकिस्तान की साइड तो ड्रोन आ रहे हैं। इन्हां चीज़ों को जिनी जल्दी तुसी खत्म करोगे पंजाब च शांति लैके आइए, उन्हां नाल बेनती की। उन्होंने आख्या कि साढ़े वालों जड़े ने बिल्कुल असी प्राइम मिनिस्टर साहब ने किया कि मैनू एक कॉल करो, जिस वेले भी करनगे कहिंदे असी विद इन नो टाइम फार्मर्स दे नाल मीटिंग कर ली तैयार है। बीजेपी इस ऑल पार्टी मीटिंग में पार्टिसिपेट नहीं कर रही है इन प्रोटेस्ट, वो कह रहे हैं कि सारी पॉलिटिकल पार्टीज बीजेपी के खिलाफ कॉन्स्पिरेसी कर रही है पॉलिटिकल ग्राउंड्स के ऊपर। नहीं नहीं यार, बीजेपी कॉन्स्पिरेसी कर दी रही है, जो कुछ होया इन्हों की कॉन्स्पिरेसी जो पंजाब च बोलते रहे, जो इन्हों लीडर ने ड्रामा किया जिस तरीके प्रवोक करते रहे हैं, तो ये सानू कहे मेरा ख्याल इन्हों अपनी पीढ़ी थले सोटा फेरना चाहिए कि ये एक चीज़ करनी चाहते कि हिंदू सिख के पाड़ा पाना चाहते हैं। मैं बीजेपी वाले इन्हों दस दिना कि पंजाब का हिंदू या सिख इन्ना सैकुलर है, कभी भी एक दूजे तो वक् नहीं हो सकते। किसान अंदोलन लैके सुखपाल खहरा और आप आगू अमन अरोड़ा ने भी अपना प्रतिक्रम दिता है। मैं समझदा कि ये जी ऑल पार्टी मीटिंग आ, ये 26 दे जिहड़े इंसीडेंट सीगे उस तो तुरंत बाद इमीजिएटली कॉल करनी चाहिए सी, पर देर आए दुरुस्त आए। हुण भी जिहड़ी मीटिंग आई असीं अंदर चले हाँ, और जिहड़े इंसीडेंट्स होए 26 तरीक नूं जिहड़ी बहुत वड्डे पद्धर दे उत्ते पोलिटिकल विक्टिमाइजेशन हुई है पंजाब दे नौजवानां दी, बजुर्गां दी, लोकां दी, वड्डे पद्धर दे उत्ते परचे दर्ज किए गए आ, और एक पोलिटिकल वेंडेटा दे तहत एक सियासी अतवाद दी लहर बीजेपी दी सरकार ने जिहड़ी चलाई आ साडे लोकां दे प्रति, वह मैं समझदा कि वह पूरा एक सख्त स्टैंड पंजाब सरकार नूं लेना चाहिए वा। उन्हां लोकां दी हिफाजत करनी चाहिए है, कल्ले वकीलों का पैनल काफ़ी नहीं गा, उन्हां दी हर मुमकिन मदद। और सब तो इंपोर्टेंट गल है कि जिहड़ा किसी पोलीटिकल पार्टी ने इशू रेज़ नहीं किया, नवरीत सिंह एक नौजवान उत्तर प्रदेश का जिहड़ा आस्ट्रेलिया रहिंदा सीगा, जिहड़ा जिहदे कोल हैवी ड्राइविंग लाइसेंस सीगा, वड्डे ट्रॉले चलाउंदा सी, ਉਹਦਾ ਜਿਹੜੀ ਉਦਣ ਪੁਲਿਸ ਦੀ ਗੋਲੀ ਨਾਲ ਹੱਤਿਆ ਕੀਤੀ ਗਈ ਆ 26 ਤਰੀਕ ਨੂੰ ITO ਕ੍ਰੋਸਿੰਗ ਤੇ। ਅਸੀਂ ਇਸ ਮਸਲੇ ਨੂੰ ਅੱਜ ਆਲ ਪਾਰਟੀ ਮੀਟਿੰਗ ਵਿੱਚ ਰੱਖਣ ਜਾ ਰਹੇ ਹਾਂ, ਔਰ ਉਮੀਦ ਕਰਦੇ ਹਾਂ ਕਿ ਪੰਜਾਬ ਸਰਕਾਰ ਰਾਸ਼ਟਰਪਤੀ ਨੂੰ ਮਿਲ ਕੇ ਇਸ ਦੀ ਇੱਕ ਨਿਆਇਕ ਜਾਂਚ ਮੰਗੇਗਾ। ਔਰ ਦੂਸਰਾ, ਮੈਂ ਕੱਲ੍ਹ ਚਿੱਠੀ ਲਿਖੀ ਆ ਅਰਵਿੰਦ ਕੇਜਰੀਵਾਲ ਦਿੱਲੀ ਦੇ ਚੀਫ ਮਿਨਿਸਟਰ, ਕਿਉਂਕਿ ਬੀਜੇਪੀ ਦੀ ਸੈਂਟਰਲ ਗਵਰਨਮੈਂਟ ਨੇ ਜੁਡੀਸ਼ੀਅਲ ਇਨਕੁਆਇਰੀ ਨਹੀਂ ਲਾਉਣੀ ਉਸ ਨੌਜਵਾਨ ਦੇ ਮੌਤ ਦੀ, ਅਤੇ ਅਰਵਿੰਦ ਕੇਜਰੀਵਾਲ ਬਤੌਰ ਚੀਫ ਮਿਨਿਸਟਰ बड़े आसानी के नाल इहदी जुडिशियल इनकुआरी करवा सकते हैं। यह मसला अज मीटिंग दे विच रखांगे, और उस न्यायिक जांच विच यह फैसला होना चाहिए, क्योंकि परिवार ने भोग के कार्ड के उत्ते यही लिखा कि वह गोली दे नाल शहीद होया। और किसान जथेबंदियों नूं मेरी निम्रता नाल अपील है कि जिथे 150 किसान नूं तुसीं शहीद कहने हो, नवरीत सिंह अपने घरेलू काम लई नहीं सी आया उत्थे, उहदे 2 साल सिर्फ शादी नूं होए सीगे, उह गाजीपुर बॉर्डर ते अपने कज़न नक्शदीप सिंह दे नाल बैठा सी, उत्थे लोकां ने आई फिटनेस अकाउंट दिता कि इसनों पुलिस ने गोली मार के किया मारिया, और ना कि एक्सीडेंट है। इस तरह के बर्निंग इशूज़ नूं अज इस मीटिंग विच रखण असीं जा रहे हैं। पार्टी प्रधान और मैंबर पार्लीमेंट भगवंत मान जी, लीडर ऑफ ऑपोजिशन हरपाल चीमा जी, MLA बरनाला मीत हेयर जी, और मैं, असीं चारे जने आम आदमी पार्टी वालों रिप्रजेंट करांगे अज दी मीटिंग। की कुछ मुद्दे तुसीं चुकन वाले हो इस मीटिंग? नहीं, ये तो हुण देखो जे मीटिंग तो अंदर है, पहली मैं तुहानूं की डिस्कलोज कर सकदा, ये तो कैप्टन साहब ने क्योंकि मीटिंग कॉल की है एज चीफ मिनिस्टर, ये तो सानू हजे तक कोई एजेंडा नहीं मिलया है कि मैं तुहानूं दसा कि मुद्दे डिस्कस होणगे। सद्दा मिलया इस करके असीं सारे पहुंचे, देखदे आं हुण एजेंडा की है, उहदे अकॉर्डिंगली जो पंजाब दा, पंजाब दे लोकां दा, किसानी दा जिहड़े मुद्दे ने सारे असीं उह रखांगे, पक्ष रखांगे, पंजाब दी आवाज़ बुलंद करांगे। नवरीत दी जो मौत हुई है केंद्र सरकार दा उसकी जांच नहीं करवाएगी, असीं दिल्ली दे मुख्यमंत्री अरविंद केजरीवाल नूं कहांगे कि वह भी अपने वक्रे तरीके नाल अपनी स्टेट दे इस मामले दी जांच करवाए। देखो चलो ये नहीं मैटर करता है कि कोई की कहिंदा है, आम आदमी पार्टी चाहे पंजाब दी गल होवे चाहे दिल्ली दी गल होवे, दिल्ली दे विच पिछले तकरीबन 2.5 महीनों तो जो अरविंद केजरीवाल जी उन्होंने पूरी कैबिनेट मंत्री और पूरी पूरी सरकार और पार्टी जिस तरीके दे नाल सेवादार बन के उत्थे मुल्क दे अन्नदाता की सेवा कर रही, वो किसी तो लुकया हुआ नहीं है। सो इस करके जो भी कोई चीज़ साढ़े ध्यान दे चाहुंदी है, पार्टी के ध्यान दे विच आउंदी है, हरेक पद्धर के उपर पार्टी और साड़ी दिल्ली स्टेट गवर्नमेंट है वो पूरा काम करती है। ठीक है, मेहरबानी। इस दौरान कांग्रेस के पंजाब प्रधान सुनील जाखड़ भी भाजपा सरकार को निशाने पर लेंदे हुए नजर आए। इसी सरकार ने, मोदी साहब की सरकार ने, और आज यही बीजेपी की मोदी साहब की सरकार है
ये मैं फोटो दिखा रहा हूँ, ये कल शाम की सिंघू बॉर्डर की तस्वीर है, जहाँ पे दिल्ली पुलिस यही बाले, नेजे, डंडे और कीले लगी हुई सड़कों के साथ किसानों के ऊपर जो अत्याचार किए, जीती जागती तस्वीर आप इन दोनों को मिला के देखिए, कहीं कोई फर्क नजर आ रहा है क्या? ये चीन के फौजी हैं और ये आज दिल्ली पुलिस है, आज चीन दी फौज है। चीनिया तो साढ़े जवान मरवाए, दिल्ली पुलिस नू साढ़े किसानों के उत्ते छड़े है, ते अजे भी जे बीजेपी वाले जय जवान जय किसान का नारा लाते हैं तो मैं समझदा उन्होंने उत्ते परचा होना चाहिए। जो धक्का किसानों नाल हो रहा है उस मुद्दे नू लैके अजे राजनीति एक पासे रख के सारे पंजाब नू एक सद्दा दिता है कैप्टन अमरिंदर सिंह जी ने। देखो जदों पंजाब पंजाब दे पानियां दा मुद्दा आया सी उदों भी कैप्टन साहब ने सारे पंजाब दी सारी वख वख पोलीटिकल पार्टीज़ नू नाल लैके पंजाब दे राखी कीती सी। अज फिर उस किस्म का एक चैलेंज पंजाब दे सामने है कि कैप्टन साहब ने फिर अपनी लीडरशिप का मुजाहरा करते हुए अज सारियां नू सद्दा दिता है भी आओ किसानां वास्ते पंजाब वास्ते पंजाबीयत वास्ते इकट्ठे होके आ लड़ाई लड़िए। बाकी गल्लां मीटिंग दे बाद थोड़े नाल सांझी करांगे। पर हाँ मैं समझदा एक बहुत ही हिंदुस्तान वास्ते एक शर्म दा मुकाम है भी चीनियां तो सिख के मोदी साहब की सरकार साढ़े किसानों के उत्ते धक्का कर रही है। पंजाबियों ने हमेशा नेजेबाजी सिखाई है, पंजाबियों ने तुरकां नू मारिया सीगा नेजियां नाल, अज साढ़े पंजाबी साढ़े किसान वीरां नू उसे तरह नेजियां तो मरवाण की तैयारी मोदी साहब की सरकार कर रही है। बहुत ही शर्म। इस मीटिंग च ए आगू तां पहुंचे पर भाजपा का कोई भी नुमाइंदा दिखाई नहीं दिता, जो वड्डे सवाल खड़े करदा है। सर पार्टी मीटिंग च की सिट्टे निकल के सामने आउंदे ने ए तां आउण वाला समां ही दसेगा, पर किसान अंदोलन दे हक च भाजपा नूं छड्ड के बाकी सारियां पार्टियां एक सुर हुंदियां नजर आ रहियां ने। पर किसान अंदोलन दे पक्ष च भाजपा नूं छड्ड के बाकी सारियां सियासी पार्टियां एक सुर हुंदियां नजर आ रहियां ने। चंडीगढ़ तों दर्शन सिंह खोखर दी रिपोर्ट, D5 चैनल पंजाबी। D5 चैनल पंजाबी पूरे सब्सक्राइब करो, बेल आइकन पे क्लिक करो।